ਸਤਿ ਸ਼੍ਰੀ ਅਕਾਲ, ਦਿਸ ਇਜ਼ ਮੋਨੀ ਗਿੱਲ ਵਾਂਸ ਅਗੇਨ। ਤੁਹਾਡੇ ਸਾਰਿਆਂ ਦਾ ਸਵਾਗਤ ਹੈਗਾ ਮਾਈ ਟੀਵੀ 'ਤੇ ਜੀ। ਗ੍ਰੈਂਡ ਓਪਨਿੰਗ ਦਾ ਦਿਨ ਹੈਗਾ ਅਤੇ ਮੇਰੇ ਨਾਲ ਵੈਰੀ ਟੈਲੈਂਟਿਡ, ਜਿਸ ਤਰ੍ਹਾਂ ਕਿ ਮੈਂ ਹਮੇਸ਼ਾ ਹੀ ਕਹਿੰਦੀ ਹਾਂ ਜੀ, ਸਾਡੇ DMV ਦਾ ਟੈਲੈਂਟ ਐਂਡ ਇੱਕ ਹੋਰ DMV ਦਾ ਟੈਲੈਂਟ ਹੈਗਾ, ਔਰ ਸਪੈਸ਼ਲੀ ਫੀਮੇਲ ਟੈਲੈਂਟ ਹੈਗਾ, ਜਿਹੜਾ ਕਿ ਮੋਨੀ ਗਿੱਲ ਔਲਵੇਜ਼ ਕੋਸ਼ਿਸ਼ ਕਰਦੀ ਹੈ ਕਿ ਉਹਨਾਂ ਨੂੰ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਉਹਨਾਂ ਨੂੰ। ਅਤੇ ਵੈਲਕਮ ਕਰਦੇ ਹਾਂ ਸਿਮ ਬੀਸਲਾ ਦਾ। ਸਿਮ ਜੀ, ਬਹੁਤ ਬਹੁਤ ਸਵਾਗਤ ਹੈ ਮਾਈ ਟੀਵੀ 'ਤੇ। ਥੈਂਕ ਯੂ ਸੋ ਮਚ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ, ਅਤੇ ਬਹੁਤ ਬਹੁਤ ਮੁਬਾਰਕਾਂ। ਪਹਿਲਾਂ ਤਾਂ ਤੁਹਾਨੂੰ, ਤੁਸੀਂ ਬਹੁਤ ਸੋਹਣਾ ਕਮਿਊਨਿਟੀ 'ਚ ਇੱਕ ਸਟੈਪ ਲੈਣ ਲੱਗੇ ਹੋ, ਅਤੇ ਆਪਣਾ TV ਰੇਡੀਓ, ਪਹਿਲਾਂ ਤੁਸੀਂ ਵੈਬ 'ਤੇ ਸ਼ੁਰੂ ਕੀਤਾ, ਹੌਲੀ ਹੌਲੀ ਹੁਣ ਰੇਡੀਓ ਚੈਨਲ ਸ਼ੁਰੂ ਕਰ ਰਹੇ ਹੋ, ਅਤੇ ਵਾਹਿਗੁਰੂ ਮੇਰ ਕਰੇ ਤਰੱਕੀਆਂ ਕਰੇ, ਆਪਣਾ ਇੱਕ ਚੈਨਲ ਹੋਵੇ, ਫਿਰ ਸਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈ। ਬਿਲਕੁਲ ਇਹੀ ਰੀਜ਼ਨ ਹੈਗਾ ਕਿ ਜਿਹੜੇ ਸਾਡੇ ਟੈਲੈਂਟਡ ਆਰਟਿਸਟ ਨੇ ਉਹਨਾਂ ਨੂੰ ਇੱਕ ਪਲੈਟਫਾਰਮ ਦਿੱਤਾ ਜਾਵੇ। ਕੋਸ਼ਿਸ਼ ਸਾਡੇ ਵੱਲੋਂ ਤਾਂ ਹਮੇਸ਼ਾ ਹੀ ਰਹਿੰਦੀ ਹੈ ਕਿ ਜਿਹੜਾ ਨਿਊ ਆਰਟਿਸਟ ਹੈ ਉਹਨੂੰ ਅਸੀਂ ਪਲੇਟਫਾਰਮ ਪ੍ਰੋਵਾਈਡ ਕਰੀਏ। ਅਤੇ ਸਿਮ ਨੂੰ ਅਸੀਂ ਪੁੱਛਦੇ ਹਾਂ ਜੀ, ਸਿਮ ਜੀ ਬਹੁਤ ਅੱਛਾ ਗਾਉਂਦੇ ਵੀ ਨੇ, ਔਰ ਸਿਮ ਨੇ ਪਿੱਛੇ ਜੇ ਹੁਣੇ ਬਹੁਤ ਹੀ ਵਧੀਆ ਇੱਕ ਸੋਲੋ ਸੌਂਗ ਕੱਢਿਆ ਹੈਗਾ ਜਿਹਦਾ ਨਾਮ ਹੈਗਾ ਕੰਜੂਸ। ਸੋ ਉਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਲੈਂਦੇ ਹਾਂ ਕਿ ਲੋਕ ਪੁੱਛਦੇ ਹਾਂ ਜੀ, ਸਿਮ ਜੀ ਕੰਜੂਸ ਹੀ ਕਿਉਂ? ਐਕਚੁਲੀ ਕੁਛ ਅਲੱਗ ਕਰਨ ਦਾ ਸੋਚਿਆ ਸੀ ਕਿ ਵੀ ਕੁਛ ਇੱਦਾਂ ਦਾ ਟੋਪਿਕ ਆਵੇ ਕਿ ਜੋ ਲੋਕਾਂ ਨੂੰ ਇੱਕੋ ਦਮ ਕੈਚੀ ਜਿਹਾ ਲੱਗੇ, ਪਲੱਸ ਜਿਹੜੀ ਰਿਲੇਟ ਕਰਦਾ ਹੋਵੇ ਰੋਜ਼ਮਰਾ ਦੀ ਜ਼ਿੰਦਗੀ, ਚ ਵਿਆਹੀਆਂ ਹੋਈਆਂ ਕੁੜੀਆਂ ਦਾ, ਜੋ ਉਹਨਾਂ ਦਾ ਆਪਣੇ ਹਸਬੈਂਡ ਨਾਲ ਛੋਟੀ ਮੋਟੀ ਗੱਲ ਤੇ ਝਗੜਾ ਰਹਿੰਦਾ ਜੀ, ਉਹਨੂੰ ਥੋੜਾ ਫਨੀ ਵੇ ਚ ਲੈ ਕੇ। ਸੋ ਜਿੰਨੇ ਵੀ ਕੰਜੂਸ ਹਸਬੈਂਡਸ ਨੇ ਉਹਨਾਂ ਨੂੰ ਇਹ ਰਿਕੁਐਸਟ ਹੈ, ਪਲੀਜ਼ ਕੰਜੂਸ ਨਾ ਬਣੋ। ਅਗਰ ਕੰਜੂਸ ਹੈਗੇ ਹੋ ਜਾਂ ਨਹੀਂ ਹੋ, ਫਾਈਂਡ ਆਊਟ ਕਰੋ, ਗਾਣਾ ਵਾਚ ਕਰੋ, ਯੂਟਿਊਬ 'ਤੇ ਹੈਗਾ ਜੀ ਸਿਮ ਬਿਸਲਾ ਕਰਕੇ, ਤੁਸੀਂ ਸਰਚ ਕਰੋਗੇ ਔਰ ਗੂਗਲ 'ਤੇ ਜਾਓਗੇ ਜਾਂ ਫਿਰ ਯੂਟਿਊਬ 'ਤੇ ਜਾਓਗੇ ਤਾਂ ਤੁਸੀਂ ਗਾਣਾ ਲੱਭ ਸਕਦੇ ਹੋ, ਰਾਈਟ? ਹਾਂਜੀ ਹਾਂਜੀ। ਹੁਣ ਅਸੀਂ ਇਹ ਪੁੱਛਦੇ ਹਾਂ ਇਹਨਾਂ ਨੂੰ, ਇੱਕ ਗਾਣਾ ਤਾਂ ਤੁਸੀਂ ਕੱਢ ਲਿੱਤਾ, ਹੁਣ ਗਾਂ ਹੋਰ ਕੀ ਤੁਸੀਂ ਕਰਨਾ ਚਾਹੁੰਦੇ ਹੋ? ਮੇਨ ਮਕਸਦ ਸਾਡਾ ਜਿਹੜਾ ਆ ਕਿ ਅਸੀਂ ਕੁਛ ਇੱਦਾਂ ਦਾ ਕਰੀਏ ਕਿ ਜੋ ਯੂਥ ਨੂੰ ਗਲਤ ਰਾਹ 'ਤੇ ਨਾ ਲੈ ਕੇ ਜਾਵੇ, ਜਿਵੇਂ ਕਿ ਆਪਾਂ ਦੇਖੇ ਆ ਲੇਟਲੀ ਬੜੇ ਬੰਬ ਧਮਾਕਿਆਂ ਉਹ ਗਾਣੇ ਤੋਂ ਤਾਂ ਆਪਾਂ ਪੂਰੇ ਖਿਲਾਫ ਆ ਕਿ ਉੱਦਾਂ ਦਾ ਕੁਛ ਨਹੀਂ ਕਰਨਾ, ਕਿਉਂਕਿ ਉਹ ਯੂਥ 'ਤੇ ਬੈਡ ਇਫੈਕਟ ਪਾਉਂਦਾ। ਐਕਚੁਅਲੀ ਅਗਰ ਆਰਟਿਸਟ ਹੀ ਇਹੋ ਜਿਹੇ ਸਟੈਪ ਲਏਗਾ ਨਾ, ਤੇ ਮੈਂ ਕਹਾਂਗੀ ਕਿ 50% ਬਹੁਤ ਕਲੀਨ ਹੋ ਜੂਗਾ ਜਿਹੜਾ ਇਨਵਾਇਰਮੈਂਟ ਹੈ, ਜਿਹੜੇ ਯੰਗਸਟਰ ਨੇ। ਹਰ ਗਾਣੇ 'ਚ ਅੱਜ ਕੱਲ੍ਹ ਗਨ ਹੈ, ਹਰ ਗਾਣੇ 'ਚ ਅੱਜ ਕੱਲ੍ਹ ਐਲਕੋਹੋਲ ਹੈ, ਔਰ ਹਰ ਗਾਣੇ 'ਚ ਚਿੱਟਾ ਵੀ ਯੂਜ਼ ਕਰਨ ਲੱਗ ਪਏ ਨੇ, ਯਾਨੀ ਕਿ ਉਹ ਅੱਜ ਕੱਲ੍ਹ ਡਰੱਗ ਨੂੰ ਵੀ ਵਿੱਚ ਇਨਕਲੂਡ ਕਰਨ ਲੱਗ ਪਏ ਨੇ ਚਿੱਟਾ ਵਰਡ ਦੇ ਨਾਲ। ਸੋ ਇਹ ਇੱਕ ਅੱਛੀ ਆਈ ਥਿੰਕ ਕੋਸ਼ਿਸ਼ ਹੈਗੀ ਹੈ, ਅੱਛਾ ਇਹਨਾਂ ਨੇ ਸਾਨੂੰ ਇੱਕ ਗਿਆਨ ਦਿੱਤਾ, ਇੱਕ ਹੋਰ ਗੱਲ ਖੋਲੀ ਹੈ ਕਿ ਹਰ ਆਰਟਿਸਟ ਅਗਰ ਇਹੋ ਜਿਹੀ ਅਪਰੋਚ ਲੈਣ ਲੱਗ ਪਿਆ ਤਾਂ ਬਹੁਤ ਸਾਰੀ ਪ੍ਰੋਬਲਮ ਸੋਲਵ ਹੋ ਜਾਣਗੇ, ਕਿਉਂਕਿ ਜਿਹੜੀ ਯੰਗ ਜਨਰੇਸ਼ਨ ਹੈ ਵੈਰੀ ਕਨਫਿਊਜ਼ ਜਨਰੇਸ਼ਨ, ਉਹ ਬੜੀ ਛੇਤੀ ਕੈਚ ਕਰਦੀ ਹੈ ਸੌਂਗ ਨੂੰ ਤੇ ਉਹਨੂੰ ਫੋਲੋ ਵੀ ਕਰਦੀ ਆ। ਸੋ ਉਹ ਉਹਨਾਂ ਲੱਗਦਾ ਕਿ ਇਹ ਕੂਲ ਹੈ, ਇੱਦਾਂ ਕਰਨਾ ਕੂਲ ਹੈ, ਕਿਉਂਕਿ ਸਾਡੇ ਜਿਹੜੇ ਰੋਲ ਮਾਡਲਸ ਨੇ, ਜਿਹੜੇ ਸਾਡੇ ਸਟਾਰਸ ਨੇ, ਉਹ ਅਗਰ ਇੱਦਾਂ ਕਰ ਰਹੇ ਨੇ, ਸੋ ਇਟਸ ਕੂਲ। ਸੋ ਹੁਣ ਸਿਮ ਜੀ ਨੂੰ ਪੁੱਛਾਂਗੇ, ਸਿਮ ਜੀ ਇੱਥੇ ਤੁਸੀਂ ਲੋਕਲ ਜਿਹੜੇ DMV ਦੇ ਕਿਹੜੇ ਏਰੀਏ ਤੋਂ? ਮੈਂ ਮੈਰੀਲੈਂਡ ਦੇ ਕੋਲੰਬੀਆ ਸ਼ਹਿਰ ਨੂੰ ਬਿਲੋਂਗ ਕਰਦੀ ਹਾਂ, ਤੇ ਪਰ ਇਹ ਕਹਿ ਲਓ ਮੈਰੀਲੈਂਡ ਵਰਜੀਨੀਆ ਦੋਨਾਂ ਦੀ ਧੀ ਆ। ਬਿਲਕੁਲ ਬਿਲਕੁਲ, ਮੇਰੀ ਅੱਧੀ ਫੈਮਿਲੀ ਵਰਜੀਨੀਆ 'ਚ, ਅੱਧੀ ਮੈਰੀਲੈਂਡ 'ਚ, ਮੈਨੂੰ ਗਾਉਣ ਦਾ ਸ਼ੌਕ ਵੈਸੇ ਬਚਪਨ ਤੋਂ ਸੀ, ਪਰ ਇਹ ਇੱਕ ਆਮ ਜੀ ਲਾਈਨ ਆ ਜਾਂਦੀ ਹੈ, ਹਰ ਕੋਈ ਏਦਾਂ ਕਹਿੰਦਾ, ਬਟ ਕਲਾਸ 'ਚ ਜਦੋਂ ਸ਼ੁਰੂ 'ਚ ਨਰਸਰੀ ਤੋਂ ਫਸਟ ਸੈਕਿੰਡ ਤੋਂ ਲੈ ਕੇ ਜਦੋਂ ਵੀ ਸੈਟਰਡੇ ਮਿਊਜ਼ਿਕ ਪੀਰੀਅਡ ਆਉਣਾ ਨਾ, ਤਾਂ ਉਹਨਾਂ ਦੀ ਕਲਾਸਿਸ ਨੇ ਮੈਨੂੰ ਬੁਲਾ ਕੇ ਲੈ ਕੇ ਜਾਣਾ ਟੀਚਰਸ ਨੇ ਕਿ ਅਸੀਂ ਗਾਣਾ ਸੁਣਨਾ, ਫਿਰ ਆਪਾਂ ਉਹਦੇ ਤੋਂ ਸਟੇਜ, ਯਾਨੀ ਕਿ ਪਹਿਲਾਂ ਕਲਾਸ ਤੋਂ ਸਟੇਜ ਸ਼ੁਰੂ ਹੋਈ, ਫਿਰ ਮੇਨ ਫੰਕਸ਼ਨ ਤੋਂ, ਸਕੂਲ ਦੇ ਫੰਕਸ਼ਨਾਂ ਤੋਂ, ਕਾਲਜ ਦੇ ਫੰਕਸ਼ਨਾਂ ਤੋਂ, ਇੱਦਾਂ ਇੱਦਾਂ ਕਰਦੇ ਕਰਦੇ। ਚਲੋ ਅੱਛੀ ਗੱਲ ਹੈ ਜੀ, ਦਿਲ ਜਾ ਖੁੱਲ ਗਿਆ ਵੀ। ਸੋ ਹੁਣ ਨਵੀਂ ਕੋਈ ਹੋਰ ਐਲਬਮ ਕੱਢਣ ਦਾ ਇਰਾਦਾ ਹੈ, ਕੋਈ ਸਿੰਗਲ ਸੌਂਗ ਜਾਂ ਕੀ ਕਰਨ ਦਾ ਇਰਾਦਾ ਹੈ? ਹਾਂਜੀ, ਆਪਾਂ ਹੁਣ ਅਗਲਾ ਟੋਟਲੀ ਪੂਰਾ ਬਲਾਸਟ ਹੀ ਕਰਨਾ ਹੈ, ਬਲਾਸਟ ਕਰਨਾ ਹੈ, ਤੇ ਅਸੀਂ ਕਹਾਂਗੇ ਕਿ ਡੂ ਟ੍ਰਾਈ ਮਾਈ ਟੀਵੀ, ਕਿਉਂਕਿ ਮਾਈ ਟੀਵੀ ਤੁਹਾਡੇ ਵਾਸਤੇ ਇੱਕ ਹੋਰ ਪਲੈਟਫਾਰਮ ਲੈ ਕੇ ਆ ਰਿਹਾ। ਜਿਹੜੇ ਆਉਣ ਵਾਲੇ ਸਿੰਗਰ ਨੇ, ਅਗਰ ਉਹਨਾਂ ਨੇ ਵੀਡੀਓ ਐਲਬਮ ਬਣਾਉਣੀ ਹੈ ਜਾਂ ਵੀਡੀਓਗ੍ਰਾਫੀ ਵੀ ਕਰਾਉਣੀ ਹੈ, ਅਸੀਂ ਉਹ ਵੀ ਤੁਹਾਨੂੰ ਕਰਕੇ ਦੇ ਸਕਦੇ ਹੈਗੇ ਹਾਂ ਜੀ, ਡੂ ਕੰਟੈਕਟ ਅਸ। ਔਰ ਹੁਣ ਸਿਮ ਜੀ ਨੂੰ ਪੁੱਛਦੇ ਹਾਂ, ਘਰ 'ਚ ਹੋਰ ਕੌਣ ਕੌਣ ਹੈ? ਘਰ 'ਚ ਮੇਰੇ ਮੋਮ ਡੈਡ ਅਤੇ ਤਿੰਨ ਸਿਸਟਰਸ ਨੇ, ਮੈਂ ਦੂਜੇ ਨੰਬਰ ਤੇ ਆ ਵੱਡੇ। ਭੈਣਾਂ ਨੂੰ ਵੀ ਸ਼ੌਂਕ ਹੈਗਾ ਗਾਉਣ ਦਾ? ਹਾਂਜੀ, ਗਿੱਧੇ ਦਾ ਸ਼ੌਕ ਹੈ, ਗਾਉਣ ਦਾ ਵੀ ਸ਼ੌਕ ਹੈਗਾ, ਪਰ ਅੱਛੀ ਗੱਲ ਹੈ ਗਿੱਧੇ ਦਾ ਹੈਗਾ ਤਾਂ ਕਲਚਰ ਦੇ ਨਾਲ ਜੁੜੇ ਨੇ ਦਾ ਮਤਲਬ। ਹਾਂਜੀ, ਮੈਂ ਵੀ ਯੂਨੀਵਰਸਿਟੀ ਤੋਂ ਲੈ ਕੇ ਕਾਲਜ ਤੋਂ ਲੈ ਕੇ ਗਿੱਧਾ ਵਗੈਰਾ ਕਰ ਲੈਂਦੇ ਹੋ? ਹਾਂਜੀ ਹਾਂ।
ਲਓ ਜੀ ਮਿਸਤਰੀਆਂ ਪੰਜਾਬਣ ਇੱਕ ਹੋਰ, ਕਿਉਂਕਿ ਸਾਨੂੰ ਟੈਲੈਂਟਡ ਲੋਕ ਚਾਹੀਦੇ ਨੇ ਰਾਈਟ, ਜਿਹੜੀਆਂ ਧੀਆਂ ਪੰਜਾਬਣ ਜਾਂ ਮਿਸਤੀਆਂ ਔਰ ਮਿਸਿਸਤੀਆਂ ਨੇ, ਉਹਦੇ 'ਚ ਸਾਨੂੰ ਇਹੋ ਜਿਹੇ ਲੋਕਾਂ ਦੀ ਲੋੜ ਹੈ, ਕਿਉਂਕਿ ਤੁਸੀਂ ਗਾਂ ਰੋਲ ਮਾਡਲ ਹੋ ਜਿਹੜੀ ਸਾਡੀ ਆਉਣ ਵਾਲੀ ਪਨੀਰੀ ਹੈ, ਜਿਹੜੇ ਅਮੈਰੀਕਨ ਬੋਰਨ ਬੱਚੇ ਹੈ, ਹੈ ਨਾ। ਸੋ ਲੁਕਿੰਗ ਫੋਰਵਰਡ ਕਿ ਬਹੁਤ ਜਲਦ ਤੀਆਂ ਤੀਜ 'ਤੇ ਵੀ ਤੁਸੀਂ ਆਓ ਔਰ ਉਹਦੇ 'ਚ ਵੀ ਧਮਾਲਾ ਪਾਓ ਔਰ ਗੀਤ ਵੀ ਗਾਓ, ਜਿਹੜਾ ਇੰਨਾ ਖੂਬਸੂਰਤ ਗੀਤ ਹੈ, ਜਿਹੜੀ ਸਾਡੀ ਆਉਣ ਵਾਲੀ ਲੇਡੀਜ਼ ਨੇ ਜਿਹੜੀਆਂ ਪੀੜ੍ਹੀ ਹੈ ਜਿਹੜੀ, ਉਹ ਵੇਖਣ ਅਤੇ ਉਹ ਵੀ ਇੰਸਪਾਇਰਡ ਹੋਣ ਕਿ ਨੈਵਰ ਟੂ ਲੇਟ। ਤੁਸੀਂ ਜਦੋਂ ਵੀ ਜੋ ਤੁਹਾਡੇ ਬਚਪਨ ਦੇ ਖਾਬ ਨੇ ਅਗਰ ਪੂਰੇ ਨਹੀਂ ਹੋਏ, ਨੈਵਰ ਟੂ ਲੇਟ ਜੀ, ਸਾਨੂੰ ਵੀ ਦੇਖ ਲਓ, ਯੂ ਨੋ ਮੈਂ ਬੱਚੇ ਵੱਡੇ ਵੱਡੇ ਹੋ ਗਏ ਨੇ, 18 ਈਅਰ ਓਲਡ ਮਾਈ ਡੋਟਰ, ਸੋ ਅਸੀਂ ਹੁਣ ਜਾ ਕੇ ਕਦੇ ਸੋਚਿਆ ਨਹੀਂ ਸੀ ਕਿ ਟੀਵੀ ਕਰਾਂਗੇ ਜਾਂ ਕਦੀ ਰੇਡੀਓ ਕਰਾਂਗੇ, ਤੇ ਇਹ ਦੇਖ ਲਓ ਕਹਿੰਦੇ ਨੈਵਰ ਟੂ ਲੇਟ। ਐਗਜ਼ੈਕਟਲੀ, ਸੋ ਦੈਟਸ ਵਾਟ ਆਈ ਥਾਟ, ਲਾਈਕ ਬਚਪਨ ਤੋਂ ਸੀ ਤਾਂ ਜਦੋਂ ਟਾਈਮ ਲੱਗਿਆ ਕਿ ਨਾਓ ਆਈ ਕੈਨ ਸਪੈਂਡ ਮਾਈ ਓਨ ਮਨੀ, ਆਈ ਹੈਵ ਮਨੀ, ਸੋ ਦੈਨ ਆਈ ਡਿਡ ਇਟ। ਦੈਟਸ ਗੁੱਡ। ਸੋ ਹੁਣ ਸਿਮ ਨੂੰ ਪੁੱਛਾਂਗੇ, ਸਿਮ ਜੀ ਤੁਸੀਂ ਹੋਰ ਬਿਸਾਈਡ ਸਿੰਗਿੰਗ ਵਟ ਐਲਸ ਯੂ ਲਾਈਕ? ਬਿਸਾਈਡ ਸਿੰਗਿੰਗ ਐਕਚੁਲੀ ਆਈ ਲਾਈਕ ਟੂ ਡੂ ਸੋਸ਼ਲ ਵਰਕ ਅ ਲੋਟ, ਦੈਟਸ ਦ ਰੀਜ਼ਨ ਕਿ ਆਪਾਂ ਸ਼ੁਰੂ ਤੋਂ ਇਸ ਕੰਮ 'ਚ ਪਏ ਹਾਂ ਕਿ ਆਪਾਂ ਪੰਜਾਬ ਲਈ ਕੁਛ ਕਰ ਸਕੀਏ ਇੱਥੇ ਬੈਠੇ, ਚਾਹੇ ਅਸੀਂ ਪੰਜਾਬ ਤੋਂ ਦੂਰ ਆ ਕੇ ਇੱਥੇ ਬੈਠੇ। ਤੁਸੀਂ ਫਿਰ ਰਾਈਟ ਪਲੈਟਫਾਰਮ ਤੇ ਹੋ, ਅਸੀਂ ਮਾਈ ਟੀਵੀ ਤੇ ਆਫ ਕੋਰਸ ਆਮ ਪਾਰਟ ਆਫ ਮਾਈ ਟੀਵੀ, ਬਟ ਆਈ ਆਲਸੋ ਹੈਵ ਅ ਵੂਮਨ ਆਰਗੇਨਾਈਜੇਸ਼ਨ, ਪੰਜਾਬੀ ਕਲਚਰ, ਪੰਜਾਬੀ ਵੂਮਨ ਕਲਚਰ ਐਸੋਸੀਏਸ਼ਨ, ਤੇ ਜ਼ਰੂਰ ਸਾਨੂੰ ਵੀ ਜੁਆਇਨ ਕਰੋ, ਕਿਉਂਕਿ ਸਾਨੂੰ ਵੀ ਟੈਲੈਂਟ ਦੀ ਲੋੜ ਹੈਗੀ ਔਰ ਸਾਨੂੰ ਜਿਹੜੇ ਅੱਛੀ ਸੋਚ ਵਾਲੇ ਲੋਕ ਨੇ ਉਹਨਾਂ ਦੀ ਲੋੜ ਹੈਗੀ ਹੈ, ਕਿਉਂਕਿ ਇਹਨਾਂ ਨੇ ਦੋ ਤਿੰਨ ਗੱਲਾਂ ਐਸੀ ਕੀਤੀਆਂ ਅਤੇ ਮੈਨੂੰ ਲੱਗਿਆ ਕਿ ਇਹਨਾਂ ਨੂੰ ਅਪਰੋਚ ਕਰਨਾ ਚਾਹੀਦਾ ਕਿ ਡੂ ਜੁਆਇਨ ਪੰਜਾਬੀ ਵੂਮਨ ਕਲਚਰ ਐਸੋਸੀਏਸ਼ਨ, ਲਾਈਕ ਜਿਵੇਂ ਡਰੱਗ ਦੀ ਗੱਲ ਕੀਤੀ ਇਹਨਾਂ ਨੇ, ਗਾਣਿਆਂ ਦੇ ਵਿੱਚ ਰਾਹੀਂ ਮੈਸੇਜ ਦੇਣ ਦੀ ਗੱਲ ਕੀਤੀ ਹੈ, ਜਾਂ ਹੋਰ ਕਿ ਡਰੱਗ ਨਾ ਲਓ, ਗਨ ਨਾ ਕਰੋ, ਇਸ ਤਰ੍ਹਾਂ ਦੀ ਕਿੰਨੀਆਂ ਇਹਨਾਂ ਤੋਂ ਗੱਲਾਂ ਸਿੱਖੀਆਂ। ਪੰਜਾਬੀਅਤ ਨੂੰ ਨਾ ਭੁੱਲੋ, ਚਾਹੇ ਅਸੀਂ ਪ੍ਰਦੇਸ਼ਾਂ 'ਚ ਆ ਗਏ, ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਜੋੜ ਕੇ। ਬਿਲਕੁਲ ਬਿਲਕੁਲ। ਅਤੇ ਅਗਰ ਮੈਂ ਜਾਂਦੇ ਜਾਂਦੇ ਮੈਂ ਤੁਹਾਨੂੰ ਕਹਾਂ, ਦੋ ਲਫ਼ਜ਼ ਕੁਛ, ਦੋ ਲਾਈਨਾਂ ਹੋ ਜਾਣ ਆਪਣੇ, ਚਲੋ ਪੁਰਾਣਾ ਹੀ ਸ਼ੁਰੂ ਕਰ ਦਿਆ, ਪੁਰਾਣੇ ਜਿਹੜੇ ਓਲਡ ਆਰ ਓਲਡ ਇਸ ਗੋਲ, ਉਹ ਕਦੇ ਦਿਮਾਗ ਚ ਦਿਲੋਂ ਜ਼ਹਿਨ ਚ ਜੀ। ਹਾਂਜੀ। ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾ ਲਿਆਂਦਾ, ਨੀ ਮੈਂ ਚੁੰਮ ਚੁੰਮ ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ, ਮੈਂ ਪੱਬਾ ਪਾਰ ਨੱਚਦੀ ਫਿਰਾਂ। ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾ ਲਿਆਂਦਾ, ਨੀ ਮੈਂ ਚੁੰਮ ਚੁੰਮ ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ, ਮੈਂ ਪੱਬਾ ਪਾਰ ਨੱਚਦੀ ਫਿਰਾਂ। ਵੈਰੀ ਨਾਈਸ, ਔਸਮ। ਸੋ ਲਓ ਜੀ, ਇਸ ਗੀਤ ਦੇ ਨਾਲ ਹੀ ਅਸੀਂ ਅਲਵਿਦਾ ਲੈਂਦੇ ਹਾਂ ਔਰ ਪ੍ਰੋਮਿਸ ਕਰਦੇ ਹਾਂ ਕਿ ਬਹੁਤ ਜਲਦ ਮਾਈ ਟੀਵੀ 'ਤੇ ਸਿਮ ਜੀ ਨੂੰ ਵਾਪਸ ਲੈ ਕੇ ਆਵਾਂਗੇ। ਹੁਣ ਮੋਨੀ ਗਿੱਲ ਵੱਲੋਂ ਅਤੇ ਸਿਮ ਵੱਲੋਂ ਸਤਿ ਸ਼੍ਰੀ ਅਕਾਲ, ਰੱਬ ਰਾਖਾ।